खबर लुधियाने के नूरवाला रोड स्थित हीरा नगर गली नंबर 1 तो है, जिथे उस वेले दहशत का माहौल बन गया जद इलाके च लोगों नूं एक घर च हुई लुट की खबर मिली। दिन दिहाड़े हुई इस लुट ने लोगों के दिल और दिमाग च दहशत भर दी। जानकारी के मुताबिक अनजान महिलावां ने हौजरी व्यापारी के घर की घंटी बजाई और जबरदस्ती घर के अंदर दाखिल हो गई। इत्थे ही बस नहीं हुई, लुटेरी महिला गैंग ने घर च मौजूद महिला नूं पहलां नशीली चीज सुंघा के बेहोश ਕੀਤਾ ਅਤੇ ਬਾਅਦ ਚ ਘਰ ਚ ਪਏ ਸਮਾਨ ਦੀ ਫਰੋਲਾ ਫਰਾਲੀ ਕਰ ਘਰ ਚ ਪਈ ਨਗਦੀ ਅਤੇ ਜਿਊਲਰੀ ਲੈ ਕੇ ਫਰਾਰ ਹੋ ਗਈ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਪਰਿਵਾਰਕ ਮੈਂਬਰ ਘਰ ਆਏ ਅਤੇ ਘਰ ਚ ਮੌਜੂਦ ਮਹਿਲਾ ਬੇਸੁੱਧ ਮਿਲੀ ਤਾਂ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਤਦੀ ਇਸ ਘਟਨਾ ਦੇ ਬਾਰੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬੇਹੋਸ਼ ਮਹਿਲਾ ਨੂੰ ਨਜ਼ਦੀਕੀ ਹਸਪਤਾਲ ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਅਣਜਾਣ ਮਹਿਲਾ ਗੈਂਗ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ लगे सीसीटीवी की फुटेज कब्जे च लैके लुटेरी महिलावां दा सुराख लब्भण दी कोशिश कीती जा रही है। की नाम सर? मेरा नाम संतोष है। जी की है, वारदात हुई है, लुटखो दी वारदात हुई है, किस तरह हुई है लुटखो दी वारदात? पता नहीं है, जलानियां आ जा रही हैं, जब बहु घर है की गल उसी गल ने उन्होंने गेट खड़काया, दरवाजा खड़काया, दरवाजा खड़काया, उन्होंने टका मारया, टका मार के उन्होंने चढ़ देता, उसे सर पर से मार कर ਕਿੰਨੀ ਕੁ ਲੇਡੀਜ਼ ਆਈਆਂ ਸੀ ਜਿਹੜੀ? ਪਤਾ ਨਹੀਂ, ਦੋ ਤਾਂ ਬੜੀਆਂ ਅੰਦਰ, ਬਾਕੀ ਪਤਾ ਨਹੀਂ ਕਿੰਨੀਆਂ ਹੋਣਗੀਆਂ। ਤੇ ਕਿੰਨਾ ਕੁ ਅੰਦਾਜ਼ਾ ਤੁਹਾਡਾ, ਕਿੰਨੇ ਕੁ ਲੁੱਟ ਕਰਕੇ ਚਲੇ ਗਏ? ਹੁਣ ਤਾਂ ਜੀ ਹੁਣ ਪੈਸੇ ਪਏ ਸੀਗੇ, ਗਹਿਣੇ ਸੀਗੇ ਤੇ ਬੈੱਡ ਤੋੜੇ ਪਏ ਨੇ, ਇਸ ਲਈ ਅਲਮਾਰੀਆਂ ਤੋੜੀਆਂ ਹੋਈਆਂ। ਗਹਿਣੇ ਉੱਥੇ ਬੈੱਡ ਚ ਬੈਠੇ ਜੇ ਦੇਖਦੇ ਹੋਣੇ ਆ, ਅਲਮਾਰੀਆਂ ਚ ਗਹਿਣੇ ਸੀਗੇ, ਪੈਸੇ ਸੀਗੇ ਉੱਥੋਂ। ਫਿਰ ਪਤਾ ਨਹੀਂ ਬਾਕੀ ਹੁਣ ਪਤਾ ਨਹੀਂ ਕਿੰਨਾ ਪੈਸਾ ਪਿਆ ਹੋਗਾ, ਵੱਡੇ ਭਾਈ ਸਾਹਿਬ ਨੂੰ ਪਤਾ ਜ਼ਿਆਦਾ। ਤੇ ਇਹਨਾਂ ਦੇ ਬੱਚੇ ਵਗੈਰਾ ਵੀ ਇੱਥੇ ਰਹਿ ਰਹੇ ਨੇ? चोरी दी वारदात हुई है, लुट दी वारदात कह सकते हैं, की मामला पूरा है सर? ਲੋਕ ਨੇ ਇਹ ਕ੍ਰਿਮੀਨਲ ਟਾਈਪ ਦੇ ਉਹਨਾਂ ਲੇਡੀਜ਼ ਨੂੰ ਨਾਲ ਲੈ ਕੇ ਇਹਨਾਂ ਨੇ ਵਾਰਦਾਤ ਕੀਤੀ ਆ ਵੀ ਘਰ ਦੇ ਵਿੱਚ ਦੇਖਦੇ ਵੀ ਘਰੇ ਇਕੱਲੀ ਲੇਡੀ ਆ ਜਾਂ ਕੋਈ ਬਜ਼ੁਰਗ ਨੇ ਉਹ ਜਿਹੇ ਘਰੇ ਲੇਡੀ ਇਕੱਲੀ ਸੀਗੀ ਰਸ਼ਨੀਤ ਕੌਰ ਅਤੇ ਉਹਨੂੰ ਨੋਕ ਕੀਤਾ ਅਤੇ ਉਹਨੇ ਕਿਹਾ ਵੀ ਸ਼ਾਇਦ ਕੋਈ ਪੁੱਛਣ ਵਾਲੇ ਅਤੇ ਉਹਨਾਂ ਨੇ ਉਹਨਾਂ 'ਤੇ ਸੱਟ ਮਾਰੀ ਹੈ ਅਤੇ ਜਿਹਦੇ ਨਾਲ ਉਹ ਡਿੱਗ ਪਈ ਅਤੇ ਘਰ ਦੇ ਅੰਦਰ ਵੜ ਕੇ ਉਹਨੇ ਮਤਲਬ ਸਾਰਾ ਚੋਰੀ ਵਗੈਰਾ ਕਰ ਲਈ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਅਜੇ ਉਹ ਕਹਿੰਦੇ ਪੜਤਾਲ ਕਰਕੇ ਦੱਸਾਂਗੇ। ਸਰ ਸੀਸੀ ਕੈਮਰੇ ਦੀ ਕਿਤੇ ਫੋਟੋ ਜੀ ਮਿਲੀ? ਹਾਂ ਦੇਖ ਰਹੇ ਹਾਂ ਜੀ, ਮਿਲ ਜਾਂਗੇ। ਸਰ ਕੋਈ ਸੰਗਾਇਆ ਸੀਗਾ ਜਿਹਦੇ ਨਾਲ ਨਸ਼ਾ ਹੋ ਗਿਆ ਉਹਨੇ? ਤੁਹਾਨੂੰ ਉਹੀ ਦੱਸਾਂਗੇ ਜੀ। ठीक है बलन टीवी लुधियाना तो पवन सैनी की रिपोर्ट।